सत शहीद बाबा दीप सिंह जी का जन्म दिहाड़ा हर साल की तरह गुरु नानक नाम लेवा सिख संगत वालों बड़ी चढ़ती कला के नाल मनाया जाता। तो इस साल भी बड़ी चढ़ती कला के नाल मनाया जा रहा है। अज इस संबंध के अंदर दोपहर 12 बजे तो श्री अकाल तख्त साहब जी तो नगर कीर्तन प्रारंभ होया है, जिहड़ा शहर के वख-वख इलाकों रस्तियां दे विचों दी हो करके ते शाम तक गुरद्वारा शहीद गंज साहब विखे उस नगर कीर्तन की समाप्ति होगी। कल नूं
27 जनवरी नूं जिहड़ा परसों दे रोज कल दे रोज तो श्री अनपढ़ साहिब प्रारंभ होया है उहदा भोग पैणगे। भोग तो उपरंत सचखंड श्री हरिमंदर साहब जी तो आए हुए हुक्मनामे की कथा सत्कारयोग सिंह साहिब ज्ञानी जसवंत सिंह जी करनगे ते पो उस तो उपरंत अरदास बेनती ते फिर उस तो बाद खुले पंडालां दे विच दीवान सजणगे जिहड़े देर रात तक चलणगे। ये ब्रह्म ज्ञानी धन धन बाबा दीप सिंह जी दे गुरद्वारा शहीद गंज साहिब दे पावन पवित्र अस्थानां दा जो कल नूं ये सारा कार्ज हो रहा है मर्यादा वरत रही है ये सारे दीवान सजणगे अते समागम होणगे। धन धन बाबा दीप सिंह जी लाहौर शहर अज कल जिला तरन तारण साहिब उहदे नगर पऊ विंड दे विच सत्कारयोग बाबा भगता जी ते माता जीवनी जी जिन्हां ने अमृत छकण तो बाद भाई भगत सिंह होए अते माता जीवन कौर जी होए उन्हां दे घर दे विच बाबा दीप सिंह जी का 1682 दे विच जन्म होया। जन्म तो उपरंत धन गुरु कलगीधर सच्चे पातशाह महाराज जी दे छोटी उम्र तो ही ਇਹ ਬਾਬਾ ਦੀਪ ਸਿੰਘ ਜੀ ਹੁਣਾਂ ਨੇ ਚਰਨ ਪਰਸ ਲਏ ਸੇਵਾ ਵਿੱਚ ਚਲੇ ਗਏ। ਮਾਤਾ ਪਿਤਾ ਵੀ ਗੁਰਸਿੱਖ ਸਨ ਅਤੇ ਬਾਬਾ ਦੀਪ ਸਿੰਘ ਜੀ ਹੁਣਾਂ ਨੂੰ ਵੀ ਗੁਰੂ ਸਾਹਿਬ ਜੀ ਦੀ ਸ਼ਰਨ ਮਿਲ ਗਈ। ਉੱਥੋਂ ਸਿੱਖਿਆ ਲੈ ਕਰਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਲੰਮਾ ਸਮਾਂ ਸੇਵਾ ਕਰਕੇ ਅਤੇ ਮਹਾਨ ਬ੍ਰਹਮ ਗਿਆਨੀ ਬਣੇ, ਸੂਰਵੀਰ ਯੋਧੇ ਬਣੇ, ਇਸੇ ਤਰ੍ਹਾਂ ਬਹੁਤ ਜ਼ਿਆਦਾ ਵਿਦਿਆ ਮਾਰਤੰਡ ਬਣੇ ਜਿਨ੍ਹਾਂ ਨੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਹੁਣਾਂ ਨੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਚਰਣਾਂ ਵਿੱਚ ਜਦੋਂ ਸਤਿਗੁਰੂ ਜੀ ਜੰਗਾਂ ਯੁੱਧਾਂ ਤੋਂ ਵਿਹਲੇ ਹੋਏ ਉਦੋਂ ਤਲਵੰਡੀ ਸਾਬੋ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਰਹਿ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜਦੋਂ ਕੰਠੋਂ ਬਾਣੀ ਉਚਾਰਨ ਕੀਤੀ ਹੈ 31 ਰਾਗਾਂ ਵਾਲੀ, ਭਾਈ ਸਾਹਿਬ ਭਾਈ ਮਨੀ ਸਿੰਘ ਜੀ ਉਹਨਾਂ ਨੂੰ ਲਿਖਾਰੀ ਲਾਇਆ ਗਿਆ ਅਤੇ ਬਾਬਾ ਦੀਪ ਸਿੰਘ ਜੀ ਹੁਣੀ ਸਹਾਇਕ ਸਨ ਜਿਨ੍ਹਾਂ ਨੇ ਸਾਰਾ ਕਲਮਾਂ ਕਾਗਜ਼ ਸਿਆਹੀ ਇਤਿਹਾਦਿਕ ਟੋਟਲ ਜਿੰਨਾ ਪ੍ਰਬੰਧ ਸੀ ਉਹ ਬਾਬਾ ਦੀਪ ਸਿੰਘ ਜੀ ਦੀ ਕਰਨ ਦੀ ਗੁਰੂ ਕਲਗੀਧਰ ਪਾਤਸ਼ਾਹ ਨੇ ਸੇਵਾ ਲਾਈ ਸੀ। ਉਹਨਾਂ ਦੇ ਵਿੱਚ ਰਹਿੰਦਿਆਂ ਹੋਇਆਂ 48 ਸਿੰਘਾਂ ਨੂੰ ਜਦੋਂ ਗੁਰਬਾਣੀ ਦੀ ਸੰਥਿਆ ਕਰਾਈ ਉਹ ਉਹਨਾਂ ਵਿੱਚੋਂ ਬਾਬਾ ਦੀਪ ਸਿੰਘ ਜੀ ਵੀ ਸਨ ਜਿਹੜੇ ਕਿ ਬ੍ਰਹਮ ਗਿਆਨੀ ਬਣੇ ਅਤੇ ਬੇਅੰਤ ਬਖਸ਼ਿਸ਼ਾਂ ਜਿਹੜੀਆਂ ਨੇ ਉਹ ਬਾਬਾ ਦੀਪ ਸਿੰਘ ਜੀ ਨੂੰ, ਭਾਈ ਮਨੀ ਸਿੰਘ ਨੂੰ ਅਤੇ ਦੂਜੇ ਸਾਰੇ ਸਿੰਘਾਂ ਨੂੰ ਵੀ ਪ੍ਰਾਪਤ ਹੋਈਆਂ। ਬਾਬਾ ਦੀਪ ਸਿੰਘ ਜੀ ਹੁਣਾਂ ਦਾ ਇਹ ਬੜਾ ਵੱਡਾ ਵਡਮੁੱਲਾ ਜੀਵਨ ਜਿਹੜਾ ਹੈ ਗੁਰੂ ਸਾਹਿਬ ਜੀ ਦੀ ਗੁਰਸਿੱਖੀ ਨੂੰ ਕਮਾ ਕਰਕੇ ਧਾਰਨ ਕਰਕੇ ਅਤੇ ਬਤੀਤ ਹੋਇਆ ਅਤੇ ਇਸੇ ਪ੍ਰਕਾਰ ਮਹਾਨ ਬ੍ਰਹਮ ਗਿਆਨੀ ਬਾਬਾ ਦੀਪ ਸਿੰਘ ਜੀ ਨੇ ਬਹੁਤ ਵੱਡੀ ਦੁਨੀਆ ਤੋਂ ਨਵੇਕਲੀ ਜਿਹੜੀ ਕੁਰਬਾਨੀ ਕੀਤੀ। ਇਸ ਕਰਕੇ ਇਸੇ ਐਸੇ ਬ੍ਰਹਮ ਗਿਆਨੀ ਨੂੰ ਹਰ ਸਾਲ ਯਾਦ ਕੀਤਾ ਜਾਂਦਾ ਹੈ। ਉਹਨਾਂ ਦੇ ਜਨਮ ਦਿਹਾੜੇ ਵੀ ਮਨਾਏ ਜਾਂਦੇ ਨੇ, ਉਹਨਾਂ ਦੇ ਸ਼ਹੀਦੀ ਦਿਹਾੜੇ ਵੀ ਮਨਾਏ ਜਾਂਦੇ ਨੇ। ਉਹ ਜਨਮ ਦਿਹਾੜੇ ਨੂੰ ਹੁਣ ਸੰਗਤਾਂ ਜਿਹੜੀਆਂ ਨੇ ਹਰ ਸਾਲ ਦੀ ਤਰ੍ਹਾਂ ਬੜੀ ਚੜ੍ਹਦੀ ਕਲਾ ਦੇ ਨਾਲ ਮਨਾ ਰਹੀਆਂ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਬਹੁਤ ਉੱਦਮ ਅਤੇ ਉਪਰਾਲੇ ਕੀਤੇ ਗਏ ਨੇ। ਕੱਲ੍ਹ ਨੂੰ ਅੰਮ੍ਰਿਤ ਸੰਚਾਰ ਵੀ ਇੱਥੇ ਹੋ ਰਿਹਾ ਹੈ। ਗੁਰੂ ਨਾਨਕ ਨਾਮ ਲੇਵਾ ਬੇਅੰਤ ਸੰਗਤਾਂ ਅੰਮ੍ਰਿਤ ਦੀ ਦਾਤ ਜਿਹੜੀ ਉਹ ਪ੍ਰਾਪਤ ਕਰ ਰਹੀਆਂ ਨੇ। ਸੋ ਗੁਰੂ ਐਸੇ ਬ੍ਰਹਮ ਗਿਆਨੀ ਮਹਾਨ ਸੂਰਬੀਰ ਯੋਧੇ ਦੇ ਜਨਮ ਦਿਹਾੜੇ ਦੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ, ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।